ਅੱਜ ਸਮੇਂ ਦੀ ਵੱਡੀ ਖਬਰ ਆ ਰਹੀ ਹੈ ਬਰਨਾਲਾ ਦੇ ਵਿੱਚ ਵੱਡਾ ਐਨਕਾਊਂਟਰ ਹੋਇਆ ਜਿਸ ਦੇ ਵਿੱਚ ਇਹ ਗੈਂਗਸਟਰ ਮੌਕੇ ਤੇ ਹੀ ਮਾਰਿਆ ਗਿਆ ਹੈ ਜਿਸ ਦਾ ਨਾਮ ਕਾਲਾ ਧਨੋਲਾ ਦੱਸਿਆ ਜਾ ਰਿਹਾ ਹੈ ਤੇ ਇਹ ਇਨਕਾਊਂਟਰ ਏਜੀਟੀਐਫ ਦੀ ਟੀਮ ਦੇ ਵੱਲੋਂ ਕੀਤਾ ਗਿਆ ਹੈ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਰਨਾਲਾ ਦੇ ਵਿੱਚ ਏਜੀਟੀਐਫ ਦੀ ਟੀਮ ਦੇ ਵੱਲੋਂ ਇਹ ਇਨਕਾਊਂਟਰ ਕੀਤਾ ਗਿਆ ਜਿੱਥੇ ਕਾਲਾ ਧਨੋਲਾ ਨਾਮ ਦਾ ਇੱਕ ਗੈਂਗਸਟਰ ਸੀ ਜਿਸ ਦਾ ਏਜੀਟੀਐਫ ਦੀ ਟੀਮ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਤਾਂ ਦੱਸਦੀ ਹੈ ਕਿ ਲਗਾਤਾਰ ਇਨਕਾਊਂਟਰ ਕੀਤੇ ਜਾ ਰਹੇ ਨੇ ਕਾਲਾ ਧਨੋਲਾ ਨਾਮ ਦਾ ਗੈਂਗਸਟਰ ਸੀ ਜਿਸ ਨੂੰ ਪੁਲਿਸ ਲਗਾਤਾਰ ਲੱਭ ਰਹੀ ਸੀ ਤੇ ਅੱਜ ਇਸ ਦਾ ਬਰਨਾਲਾ ਦੇ ਵਿੱਚ ਇਨਕਾਊਂਟਰ ਕਰ ਦਿੱਤਾ ਗਿਆ ਤੇ ਇਸ ਦੀ ਮੌਤ ਵੀ ਹੋ ਗਈ ਹੈ ਤਾਂ ਦੱਸਦੇ ਕਿ ਬਰਨਾਲਾ ਦੇ ਵਿੱਚ ਇਨਕਾਊਂਟਰ ਕੀਤਾ ਗਿਆ ਜਿੱਥੇ ਕਾਲਾ ਧਨੋਲਾ ਨਾਮ ਦਾ ਇੱਕ ਗੈਂਗਸਟਰ ਸੀ ਜਿਸ ਦੀ ਕਿ ਏਜੀਟੀਐਫ ਦੀ ਟੀਮ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਤਾਂ ਇਸ ਤੋਂ ਪਹਿਲਾਂ ਵੀ ਕਈ ਜਗ੍ਹਾ ਤੇ ਇਨਕਾਊਂਟਰ ਹੋਏ ਨੇ ਜ਼ਿਰਖਪੁਰ ਦੇ ਵਿੱਚ ਹੋਇਆ ਡੇਰਾ ਬੱਸੀ ਦੇ ਵਿੱਚ ਹੋਇਆ ਮੁਹਾਲੀ ਦੇ ਵਿੱਚ ਹੋਇਆ ਤੇ ਹੁਣ ਬਰਨਾਲਾ ਦੇ ਵਿੱਚ ਵੱਡਾ ਇਨਕਾਊਂਟਰ ਏਜੀਟੀਐਫ ਦੀ ਟੀਮ ਦੇ ਵੱਲੋਂ ਕੀਤਾ ਗਿਆ ਜਿੱਥੇ ਕਿ ਗੈਂਗਸਟਰ ਕਾਲਾ ਧਨੋਲਾ ਮਾਰਿਆ ਗਿਆ